वाहिगुरु जी का खालसा, वाहिगुरु जी की फतेह। बानी चैनल देखने वाले सारे दर्शकों का मैं रमनदीप कौर का स्वागत करती हूँ। कल का दिन जिवें कि आप सारे जानते हैं बहुत दुखदाई दिन सी, जिस दे विच असी साडे बहुत ही प्यारी एक बच्ची हरमन कौर नूं गवा दिता, ते उस दे नाल दो होर भी बच्चियां सन जिहड़ी कि समाज भलाई दे लई कम्मां दे लई एक बहुत ही डूंघी सोच रखण वाले बच्चियां सन। तां हुण साडी कोशिश है भावें कि हरमन कौर जिहड़ी बच्ची है उस दीआं सेवावां नूं आपां नहीं विखा पाए, पर हुण साडी कोशिश है भी कोई भी इहो जिहा नौजवान जो गुरु घरां दे विच जां समाज दे विच कोई भी सेवा करे, असीं उहनां तक जरूर पहुंचीए। ते अज भी आपां नौजवान नौजवानां दी सेवा जिहड़ी तुहाडे नाल सांझी करदे हां। वीर हरसिमरन सिंह ने जिहड़े पुंछ डेरा नंगाली साहिब विखे नौजवान सेवा कर रहे ने, सब तो पहला वीर जी होना ना गल कर दे जी की सेवा करना आयो ते कदों दे आयो जी। हरसिमरन वीर जी, वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। रमन दीदी जी वीरे, तुसी पुंछ नंगाली साहिब गुरुद्वारा साहिब विखे कित्थों नौजवान ने ये सारे ते की सेवा कर रहे हो तुसी? दीदी रमन दीदी ਅਸੀਂ ਹਰ ਸਾਲ ਜਿਹੜੀ ਕਮਲ ਦੀ ਸੇਵਾ ਜੋ ਸਾਡੇ ਵੀਰ ਗਾੜੀਗੜ ਤੋਂ ਕੁਝ ਹੋਰ ਕੈਂਪ ਤੋਂ ਕੁਝ ਸਿੰਬਲ ਤੋਂ ਵੀ ਆਉਂਦੇ ਨੇ ਹਰ ਸਾਲ 15 ਸਾਲ ਹੋ ਗਏ ਲਗਾਤਾਰ ਸੇਵਾ ਕਰ ਰਹੇ ਨੇ ਕੰਬਲ ਦੀ। ਜੀ, ਮਤਲਬ ਗਾਡੀਗੜ੍ਹ ਦੇ ਨੌਜਵਾਨ ਹੀ 15 ਸਾਲਾਂ ਤੋਂ ਇਹ ਕੰਬਲ ਧੋਣ ਦੀ ਸੇਵਾ ਕਰਦੇ ਨੇ। ਹਾਂਜੀ 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 ਤੇ ਵੀਰੇ, ਇਸ ਵਿੱਚ ਇਹ ਹੁਣ ਸਰਦੀਆਂ ਆ ਰਹੀਆਂ ਨੇ, ਸੰਗਤ ਦੇ ਲਈ ਕੰਬਲ ਹੁੰਦੇ ਨੇ ਇਹ? ਕਿੰਨੇ ਕੰਬਲ ਹੁੰਦੇ ਨੇ ਦੀਦੀ ਟੋਟਲ? ਜਿਸ ਤਰ੍ਹਾਂ ਲੋਕ ਜਿੱਥੇ ਦੇਖੋ ਨਾ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਦੇ ਮਹੀਨੇ ਅਗਸਤ ਤੱਕ ਇੱਥੇ ਰਸ਼ ਹੁੰਦਾ ਹੈ ਗਰਮੀ ਦੀਆਂ ਦਿਨਾਂ ਵਿੱਚ। ਸਰਦੀਆਂ ਵਿੱਚ ਨੰਗਾਲੀ ਸਾਹਿਬ ਬੜਾ ਬੜਾ ਘੱਟ ਰਸ਼ ਹੁੰਦਾ, ਇਸ ਲਈ ਸਾਨੂੰ ਸਤੰਬਰ ਦਾ ਮਹੀਨਾ ਮਿਲਦਾ ਹੈ, ਸਤੰਬਰ ਦਾ ਮਹੀਨਾ ਮਿਲਦਾ ਜਿਸ ਵਿੱਚ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਕੰਬਲ ਦਾ। ਵੀਰ ਜੀ, ਕਿੰਨੇ ਨੌਜਵਾਨ ਆਏ ਨੇ? ਨਾਲ ਦੀ ਨਾਲ ਮੈਂ ਕਵਾਂਗੀ ਦੀਦੀ ਵਿਖਾ ਵੀ ਦਿਓ ਕਿਵੇਂ ਸੇਵਾ ਹੋ ਰਹੀ ਹੈ, ਦੀਦੀ ਕੰਬਲ ਕਿਵੇਂ ਧੋ ਮੈਕਸੀਮਮ ਰਹੇ ਨੇ ਨਾਲ। ਮੈਕਸੀਮਮ ਮੇਰੇ ਨਾਲ 30-40 ਨੌਜਵਾਨ ਆਏ ਨੇ, ਸਾਡਾ ਵੀਰ ਹੁਣ ਤੁਹਾਨੂੰ ਸਾਰੇ ਪਾਸੇ ਕੈਮਰਾ ਫੇਰ ਕੇ ਦੱਸੇਗਾ ਸਾਨੂੰ ਕਿਹੜੇ ਕਿਹੜੇ ਨੂੰ। ਜੀ, ਤੁਸੀਂ ਵੇਖ ਰਹੇ ਹੋ ਤੇ ਹੁਣ ਸਾਡੀ ਕੋਸ਼ਿਸ਼ ਹੈ ਵੀ ਨੌਜਵਾਨਾਂ ਦੀ ਸੇਵਾ ਸਮਾਜ ਦੇ ਵਿੱਚ ਜ਼ਰੂਰ ਵਿਖਾਈਏ, ਚਾਹੇ ਕਿਸ ਵੀ ਪਾਸੇ ਕਰ ਰਹੇ ਨੇ। ਇਹ ਨੌਜਵਾਨ ਨੇ 25-30 ਨੌਜਵਾਨ ਨੇ ਜਿਹੜੇ ਗਾਡੀਗੜ੍ਹ ਤੋਂ ਗਏ ਹੋਏ ਨੇ ਵੀਰ ਹਰਸਿਮਰਨ ਸਿੰਘ ਹੋਣਾ ਸਾਡੇ ਦੇ ਨਾਲ ਨਾਲ। ਬਜ਼ੁਰਗ ਵੀ ਆਏ ਹੁੰਦੇ ਨੇ ਜਿਹੜੇ ਸਾਡੇ ਨਾਲ ਇੱਥੇ ਸੇਵਾ ਕਰਦੇ ਨੇ, ਬਜ਼ੁਰਗ ਜੇ ਸਾਡੇ ਨਾਲ ਲੰਗਰ ਬਣਾਉਣ ਦੀ ਬੜੀ ਮਦਦ ਕਰਦੇ ਨੇ। ਅੱਛਾ ਜੀ, ਮੈਂ ਚਾਹਾਂਗੀ ਕਿ ਉਹਨਾਂ ਨੂੰ ਵੀ ਜ਼ਰੂਰ ਦਿਖਾਓ, ਆਪਾਂ ਬਜ਼ੁਰਗ ਵੀ ਦੇਖੀਏ। ਅੱਛਾ, ਲੰਗਰ ਬਣਾ ਕੇ ਦੇ ਰਹੇ ਨੇ ਇਹਨਾਂ ਨੌਜਵਾਨਾਂ ਇਹ ਦੇ ਲਈ ਬਜ਼ੁਰਗ ਜਿਹੜੇ ਜਿਹੜੇ ਤਿਆਰ ਸਾਡਾ ਹੋ ਲੰਗਰ ਰਹੇ ਤੇ ਨੇ। ਥੱਲੇ ਹੀ ਤਿਆਰ ਕਰਦੇ ਨੇ ਕਿ ਬੱਚਿਆਂ ਨੂੰ ਉੱਪਰ ਨਾ ਜਾਣਾ ਪਏ ਗੁਰਦੁਆਰਾ ਸਾਹਿਬ, ਇਹ ਥੱਲੇ ਹੀ ਲੰਗਰ ਤਿਆਰ ਕਰਦੇ ਨੇ। ਜੀ, ਬਹੁਤ ਵਧੀਆ, ਤੇ ਬਹੁਤ ਵਧੀਆ ਸੇਵਾ ਗੁਰੂ ਮਹਾਰਾਜ ਜੀ ਲੈ ਰਹੇ ਨੇ। ਤੇ ਵੇਖ ਸਕਦੇ ਹੋ ਕਿ ਨੌਜਵਾਨ ਨੇ ਜਿਹੜੇ ਉਹ ਕਿਵੇਂ ਕੰਬਲ ਧੋ ਰਹੇ ਨੇ, ਕਿੰਨੀ ਸਾਫ਼ ਸਫਾਈ ਦੇ ਨਾਲ ਪੂਰਾ। ਦੀਦੀ ਸਾਡੇ ਵਿੱਚ ਇੱਕ ਸਾਡੇ ਮੇਨ ਵੀਰ ਹਨ ਕਾਲਾ ਵੀਰ ਜੀ, ਇਹਨਾਂ ਦੀ ਵੀ ਬੜੀ ਸੇਵਾ ਹੈ, ਬੜੀ ਸ਼ਰਧਾ ਇਹਨਾਂ ਵਿੱਚ ਵੀ, ਜੋ ਹਰ ਸਾਲ ਜੋ ਕਿ ਸਾਡੇ ਵੀਰ ਜੀ ਹਨ ਜੋ ਬੜੀ ਸੇਵਾ ਵਿੱਚ ਅੱਛਾ ਜੀ, ਬੜਾ ਦਿਲ ਮਨ ਲਾ ਕੇ। ਜੀ 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 ਬਹੁਤ ਵਧੀਆ ਸੇਵਾ ਨੌਜਵਾਨਾਂ ਦੀ, ਨੌਜਵਾਨ ਇਸ ਪਾਸੇ ਲੱਗ ਰਹੇ ਨੇ, ਹੋਰ ਇਦੋਂ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ ਇਸ ਸਾਡੇ ਲਈ। ਟਾਈਮ ਕਿਉਂਕਿ ਨੰਗਾਲੀ ਸਾਹਿਬ ਥੋੜਾ ਨਹੀਂ ਦਿਸ ਰਿਹਾ ਕਿਉਂਕਿ ਧੁੱਪ ਬੜੀ ਹੈਗੀ ਹੈ, ਧੁੱਪ ਦੀ ਸ਼ੇਡ ਦੀ ਵੇਨੋ ਸਾਈਡ ਉੱਪਰ ਜੀ ਨਹੀਂ ਜੀ ਦਿਖਾ ਸਕਦੇ ਅਸੀਂ, ਜੀ ਜੀ ਪਰ ਅਸੀਂ ਜੀ ਮੈਂ ਤਾਂ ਚਾਹਾਂਗੀ ਇਸ ਹੋਰ ਵਿੱਚ ਜਾ ਕੇ ਨੌਜਵਾਨ ਜ਼ਰੂਰ ਦਿਖਾਓ ਕਿਵੇਂ ਕੰਬਲ ਧੋ ਰਹੇ ਨੇ, ਤੇ ਜਿਹੜੇ ਇੱਥੋਂ ਗਾਡੀਗੜ੍ਹ ਜੰਮੂ ਤੋਂ ਨਾਲ। ਇੱਕ ਮਿੰਟ ਦੀਦੀ ਮੈਂ ਆ ਗਿਆ, ਇਹ ਦੇਖੋ ਇੱਕ ਇਹ ਗਰਮ ਪਾਣੀ ਦੀ ਅੱਗ ਲਗਾਈ ਹੋਈ ਹੈ, ਸਰਵ ਗਰਮ ਹੋ ਰਿਹਾ ਦੋਨੋਂ ਟੱਪਾਂ ਵਿੱਚ, ਇੱਥੇ ਕੰਬਲ ਹੈਗੇ, ਇਹ ਇੱਥੇ ਵੀਰ ਸਾਡੇ ਕੰਬਲ ਇਸ ਤਰ੍ਹਾਂ ਪਾ ਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਸਾਫ਼ ਕੰਬਲ ਹੁੰਦੇ ਹੋਣੇ ਆ, ਉਹ ਨੌਜਵਾਨ ਕਿਵੇਂ ਉਹਨਾਂ ਕੰਬਲਾਂ ਨੂੰ ਧੋਂਦੇ ਨੇ। ਤੇ ਮੈਂ ਜਿਹੜੀ ਸੰਗਤ ਹੁਣ ਜੁੜੀ ਹੈ, ਮੈਂ ਦੱਸਦੀ ਹਾਂ ਕਿ ਇਹ ਨੌਜਵਾਨ ਜਿਹੜੇ ਜਾਂਦੇ ਨੇ ਗਾਡੀਗੜ੍ਹ ਜੰਮੂ ਤੋਂ, ਤੇ ਉੱਥੇ ਜਾ ਕੇ ਜਿਹੜੀ ਸੰਗਤ ਦੇ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਜਾਂ ਉੱਥੇ ਰਹਿਣ ਆਉਂਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਨੰਗਾਲੀ ਸਾਹਿਬ ਵਿਖੇ, ਉਹਨਾਂ ਨੂੰ ਸਾਫ਼ ਸੁਥਰੇ ਇੰਨੇ ਸਾਫ਼ ਕੰਬਲ ਸ਼ਾਇਦ ਮੈਨੂੰ ਲੱਗਦਾ ਘਰੇ ਵੀ ਨੀ ਇੰਨੇ ਸਾਫ਼ ਤਰੀਕੇ ਦੇ ਨਾਲ ਅਸੀਂ ਧੋ ਪਾਉਂਦੇ, ਜਿੰਨੇ ਜ਼ੋਰ ਦੇ ਨਾਲ ਜਿੰਨੇ ਸੋਹਣੇ ਤਰੀਕੇ ਦੇ ਨਾਲ ਇਹ ਨੌਜਵਾਨ ਧੋ ਰਹੇ ਨੇ। ਵੀਰੇ, ਕਿੰਨੇ ਕੰਬਲ ਹੁੰਦੇ ਨੇ ਟੋਟਲ? ਦੀਦੀ ਮੈਕਸਿਮਮ 5-5 ਹਜ਼ਾਰ ਦੇ ਵਿੱਚ ਵਿੱਚ ਹੁੰਦਾ ਦੀਦੀ ਕੰਬਲ ਇਹ।
ਵੀਰੇ ਕਿੰਨੇ ਦਿਨ ਲੱਗ ਜਾਂਦੇ ਫਿਰ ਤੁਹਾਨੂੰ ਇੱਥੇ ਧੋਂਦਿਆਂ ਨੂੰ ਇਹ ਕੰਬਲ? ਦੀਦੀ ਅਸੀਂ ਜਿਸ ਤਰ੍ਹਾਂ ਕੱਲ ਆਏ ਸਾਂ, ਮਤਲਬ ਕਿ 25 ਤਰੀਕ ਤੱਕ ਅਸੀਂ ਇੱਥੇ ਹੀ ਆ। ਅੱਛਾ, ਪੂਰੇ ਕੰਬਲ ਧੋ ਕੇ ਜਾਣਗੇ? ਹਾਂਜੀ ਹਾਂਜੀ ਹਾਂਜੀ। ਇਸ ਵਿੱਚ ਮੈਂ ਤੁਹਾਨੂੰ ਦੱਸਦਾ, ਕੁਝ ਪੰਡਾਂ ਇੱਥੇ ਪਈਆਂ ਹੋਈਆਂ ਕੰਬਲ ਦੀਆਂ ਥੱਲੇ, ਕੁਝ ਪੰਡਾਂ ਰਮਨ ਦੀਦੀ ਇੱਥੇ, ਇਹ ਦੇਖੋ ਇੱਥੇ ਇਸ ਤਰ੍ਹਾਂ ਪਈਆਂ ਹੋਈਆਂ। ਜੀ। ਅੱਛਾ, ਸਾਰੇ ਧੋਣ ਵਾਲੇ ਨੇ? ਹਾਂਜੀ, ਸਭ ਧੋਣ ਵਾਲੇ। ਉਹ ਧੋ ਧੋ ਕੇ ਉੱਥੋਂ ਦੇਖੋ, ਉੱਥੋਂ ਵੀਰ ਔਰ ਧੋ ਧੋ ਕੇ ਇੱਥੇ ਅਸੀਂ ਮਤਲਬ ਕਿ ਢੇਰ ਲਗਾਈ ਜਾ ਰਹੇ ਹਾਂ, ਬਿਲਕੁਲ ਮਤਲਬ ਕਿ ਨੀਟ ਐਂਡ ਕਲੀਨ, ਬਲਕਿ ਸਾਫ ਸੁਥਰਾ ਸਾਂਭ ਬਿਲਕੁਲ ਕੇ ਜਾਂਦੇ ਹੋ ਫਿਰ ਤੁਸੀਂ? ਸਕਾ ਕੇ, ਬਿਲਕੁਲ ਜਦੋਂ ਸੁਕਾ ਕੇ, ਸਾਫ ਕਰਕੇ, ਸਾਫ ਥੱਪ ਕੇ। ਹਾਂਜੀ ਹਾਂਜੀ ਰਮਨ ਦੀਦੀ, ਹਾਂਜੀ ਹਾਂਜੀ। ਤੇ ਇਹ ਨੌਜਵਾਨਾਂ ਦੀ ਸੇਵਾ ਅੱਜ ਤੱਕ ਅਸੀਂ ਵੇਖਿਓ ਹੀ ਨਹੀਂ, ਤੇ ਤੁਸੀਂ ਵੇਖ ਸਕਦੇ ਹੋ ਸਾਫ ਕੰਬਲ ਆਪਾਂ ਕਿੰਨਾ ਕਰਕੇ ਉੱਥੇ ਜਾ ਕੇ ਲੈਂਦੇ ਹਾਂ। ਇਹ ਨੌਜਵਾਨ ਸਾਫ ਕਰਕੇ ਧੋ ਕੇ ਰੱਖਦੇ ਨੇ ਇਹਨਾਂ ਕੰਬਲਾਂ ਨੂੰ, ਸੇਵਾ ਕਰਦੇ ਨੇ, ਇਹਨਾਂ ਨੂੰ ਕੋਈ ਮਜਬੂਰ ਨਹੀਂ ਕਰਦਾ, ਇਹਨਾਂ ਨੂੰ ਕੋਈ ਕਹਿੰਦਾ ਨਹੀਂ ਵੀ ਜਾ ਕੇ ਕਰੋ। ਤੇ ਵੀਰੇ ਕੋਈ ਹੋਰ ਗੱਲ ਕਰਨਗੇ ਨੌਜਵਾਨ ਇੱਥੇ ਸੇਵਾ ਕਰਦੇ ਹੋਏ, ਕੋਈ ਬਜ਼ੁਰਗ, ਉਹਨਾਂ ਦੇ ਵੀ ਵਿਚਾਰ ਸੁਣੀਏ। ਦੀਦੀ ਇੱਥੇ ਇੱਕ ਬਜ਼ੁਰਗ ਹੈਗੇ, ਦੇਖਦਾ ਉਹ ਤੁਹਾਨੂੰ ਕੁਛ ਅਗਰ ਬੋਲ ਸਕਦੇ ਨੇ ਤੇ ਮੈਂ ਗੱਲ ਕਰਵਾ ਦਿੰਦਾ। ਪਾਪਾ ਜੀ, ਤੁਸੀਂ ਕਿੰਨਾ ਸਾਲ ਹੋ ਤੁਸੀਂ ਇੱਥੇ ਆ ਰਹੇ ਹੋ? ਦੀਦੀ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਨੇ ਇੱਕ ਬਾਣੀ ਵਾਲੇ। ਜ਼ੋਰ ਦੀ ਬੋਲੋ ਥੋੜਾ। 2 ਸਾਲ ਤੋਂ ਆ ਰਹੇ। ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ, ਅਸੀਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰਾਂਗੇ। ਬਾਪੂ ਜੀ ਲੰਗਰ ਪਕਾਉਣ ਆਉਂਦੇ ਨੇ ਤੁਹਾਡੇ ਨਾਲ ਤੇ ਨੌਜਵਾਨਾਂ ਦੇ ਲਈ, ਹਨਾ? ਹਾਂਜੀ ਹਾਂਜੀ, ਇਹ ਲਗਾਤਾਰ 2 ਸਾਲ ਹੋ ਗਏ ਸਾਡੇ ਨਾਲ ਆ ਰਹੇ ਨੇ ਜੀ। ਅੱਜ ਲੰਗਰ ਚ ਕੀ ਬਣ ਰਿਹਾ? ਅੱਜ ਸਾਡੇ ਨੌਜਵਾਨ ਸਮਝਦੇ ਫਿਲਹਾਲ ਇਹਨਾਂ ਨੇ ਬ੍ਰੇਕਫਾਸਟ ਵਾਸਤੇ ਮੈਗੀ ਤਿਆਰ ਕਰ ਰਹੇ ਨੇ ਰਮਨ ਦੀਦੀ ਜੀ। ਬਹੁਤ ਵਧੀਆ। ਤੇ ਜੋ ਤਿਹਾੜੀ ਦੀ ਲੰਗਰ ਦੀ ਸੇਵਾ ਸਾਡੇ ਕਾਲੇ ਵੀਰ ਜੀ ਨੇ ਲਈ ਹੈ, ਸਾਡੇ ਵੀਰਨ ਜਿਨ੍ਹਾਂ ਨੇ ਇੱਥੇ ਸਭ ਤੋਂ ਪਹਿਲੇ ਸੇਵਾ ਦਾ ਕਮਲਾ ਦੇ ਜਿਨ੍ਹਾਂ ਨੇ ਸ਼ਿਵਰਾਤ ਕੀਤੀ ਸੀ, ਜਿਹੜੇ ਸਾਡੇ ਕਾਲਾ ਵੀਰ ਜੀ ਜਿਹੜੇ ਦਾਲ ਮੱਖਣੀ ਤੇ ਚਾਵਲ ਦਾ ਲੰਗਰ ਤਿਆਰ ਕਰ ਰਹੇ ਨੇ ਸਾਡੇ ਲਈ ਜੀ। ਬਹੁਤ ਵਧੀਆ, ਨੌਜਵਾਨਾਂ ਦੇ ਲਈ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਕਾਲਾ ਵੀਰ ਜੀ ਦੇ ਥੋੜੀ ਫੇਸ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ, ਥੋੜਾ ਇੱਧਰ ਉੱਧਰ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜੀ, ਸੁਨੇਹਾ ਸਾਂਝਾ ਕਰੋ ਸੰਗਤਾਂ ਦੇ ਨਾਲ, ਤੁਸੀਂ ਵੀ ਨੌਜਵਾਨਾਂ ਦੀ ਸੇਵਾ ਕਰ ਰਹੇ ਹੋ। ਅਸੀਂ ਵੀ ਚਾਹੁੰਦੇ, ਸਾਨੂੰ ਹੋ ਗਏ 11 ਸਾਲ ਸੇਵਾ ਕਰਦੇ, ਅਸੀਂ ਚਾਹੁੰਦੇ ਹਾਂ ਕਿ ਚਲੋ ਨੌਜਵਾਨ ਸਾਡੇ ਨਾਲ ਆਉਂਦੇ ਰਹਿਣ ਤੇ ਆਏ ਕਿ ਨੌਜਵਾਨ ਗਲਤ ਨਸ਼ਿਆਂ ਵਿੱਚ ਪੈ ਗਏ ਤੇ ਮਾਰਾ ਹੀ ਕਦੇ, ਚਲੋ ਉੱਥੋਂ ਨਿਕਲ ਕੇ ਸਾਡੇ ਨਾਲ ਜੁੜਨਗੇ ਤੇ ਚਲੋ ਅੱਛੀ ਅੱਛੇ ਲੈਣ ਵੀ ਪੈ ਜਾਂਦੇ, ਸਾਨੂੰ ਇਹ ਖੁਸ਼ੀ ਹੈ। ਸਾਡੇ ਕੋਈ ਬੜੇ ਵੀਰ ਜਿਹੜੇ ਉਲਟੇ ਸਿੱਧੇ ਕੰਮਾਂ 'ਚ ਪੈ ਗਏ, ਸਾਨੂੰ ਵੀ ਬੜੀ ਚੀਜ਼ ਦਾ ਬੜਾ ਦੁੱਖ ਲੱਗਦਾ ਦਿਲ ਵਿੱਚ। ਹਾਂਜੀ ਜੀ, ਤਾਂ ਬਹੁਤ ਬਹੁਤ ਧੰਨਵਾਦ ਵੀਰ ਜੀ। ਤੇ ਨਾਲ ਹੀ ਹੁਣ ਲਗਭਗ 100 ਦੇ ਕਰੀਬ ਸੰਗਤ ਹੈ ਜਿਹੜੀ ਇਹਨਾਂ ਬੱਚਿਆਂ ਦੀ ਸੇਵਾ ਨੂੰ ਵੇਖ ਰਹੀ ਹੈ। ਸ਼ੇਅਰ ਜ਼ਰੂਰ ਕਰੋ ਤਾਂ ਜੋ ਪਹੁੰਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿ ਨੌਜਵਾਨਾਂ ਦਾ ਅਸੀਂ ਹਮੇਸ਼ਾ ਇਹੀ ਪੱਖ ਕਿਉਂ ਵੇਖਦੇ ਹਾਂ ਕਿ ਅਸੀਂ ਅਕਸਰ ਆਪਾਂ ਦੇਖਦੇ ਹਾਂ, ਤਾਂ ਤੁਸੀਂ ਵੇਖ ਸਕਦੇ ਹੋ ਨਿੱਕਾ ਜਿਹਾ ਮੁੰਡਾ, ਇਹਨੂੰ ਵੀ ਲਗਾਤਾਰ ਸਾਡੇ ਨਾਲ 3 ਸਾਲ ਹੋ ਗਏ ਆਉਂਦੇ ਆ। ਇਹ ਨਿੱਕਾ ਜਿਹਾ ਬੱਚਾ, ਇਹਦੀ ਉਮਰ ਹੋਣੀ 11 ਕੇ 12 ਸਾਲ। ਤੇ ਭਾਰ ਦੇਖੋ ਕੰਬਲਾਂ ਦਾ, ਗਿੱਲੇ ਆ ਕੰਬਲਾਂ ਦਾ। ਕੀ ਨਾਮ ਹੈ? ਨਾਮ ਗੁਰਪ੍ਰੀਤ ਸਿੰਘ। ਕੀ ਨਾਮ ਹੈ ਬੱਚੇ? ਗੁਰਪ੍ਰੀਤ ਸਿੰਘ। ਰਮਨ ਦੀਦੀ, ਗੁਰਪ੍ਰੀਤ ਸਿੰਘ ਕਿੱਥੋਂ ਆਏ ਹੋ? ਜੀਪੋਰ ਕੰਮ ਵਾਰਡ ਨੰਬਰ 1। ਅੱਛਾ, ਵਧੀਆ ਲੱਗਦਾ ਇੱਥੇ ਆ ਕੇ ਸੇਵਾ ਕਰਨਾ? ਹਾਂਜੀ ਹਾਂਜੀ। ਤੇ ਮੈਂ ਕਹਾਂਗੀ ਕਿ ਪਹਿਲਾਂ ਜਾ ਕੇ ਕੰਬਲ ਬਹੁਤ ਭਾਰੇ ਆ ਤੇ ਤੁਸੀਂ ਕੰਬਲ ਰੱਖ ਦੋ ਜਿੱਥੇ ਸੁੱਕਣੇ ਪਾਉਣੇ ਆ। ਦੀਦੀ ਇੱਕ ਸਾਡੇ ਵੀਰ ਨੇ ਜਿਹੜੇ ਗੁਰੂ ਨਾਨਕ ਲੰਗਰ ਮਿਸ਼ਨ ਤੋਂ ਆਉਂਦੇ ਨੇ, ਜਤਿੰਦਰ ਵੀਰ ਜੀ ਜੀ ਨੇ, ਉਹਨਾਂ ਨਾਲ ਤੁਹਾਡੀ ਗੱਲ ਕਰਵਾ ਰਿਹਾ। ਇਹ ਗੁਰੂ ਨਾਨਕ ਲੰਗਰ ਮਿਸ਼ਨ ਤੋਂ ਆਉਂਦੇ ਨੇ ਜਤਿੰਦਰ ਵੀਰ ਜੀ ਸਾਡੇ। ਜਤਿੰਦਰ ਵੀਰ ਜੀ ਕੁਛ ਬੋਲੋ ਤੁਸੀਂ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ ਜੀ ਵੀਰ ਜੀ, ਚਾਰੇ ਪਾਸੇ ਸੇਵਾ ਕਰਦੇ ਹੋ ਗੁਰੂ ਘਰ ਦੀ, ਜਿੱਥੇ ਲੰਗਰ ਦੀ ਸੇਵਾ ਹੁੰਦੀ ਉੱਥੇ ਵੀ ਤੁਹਾਨੂੰ ਵੇਖੀਦਾ ਅੱਜ ਨੌਜਵਾਨਾਂ ਦੇ ਨਾਲ। ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦਓਗੇ ਕਿ ਜੁੜਨ ਸੰਗਤ ਦੇ ਨਾਲ? ਹਾਂਜੀ, ਇਹ ਦੇਖੋ ਜੀ, ਇਹ ਸਾਡੇ ਵੀਰ ਸਾਰੇ ਸਿੰਬਲ ਤੋਂ ਵੀ ਆਏ ਨੇ, ਰੈਪੁਰ ਤੋਂ ਵੀ ਆਏ ਨੇ, ਬੇਲੀ ਜਲੰਧ ਤੋਂ ਵੀ ਆਏ ਨੇ, ਹਰ ਜਗ੍ਹਾ ਤੋਂ ਵੀਰ, ਚੱਟੇ ਫਾਰਮ ਤੋਂ, ਸਿੰਬਲ ਤੋਂ। ਤੇ ਅਸੀਂ ਚਾਹੁੰਦੇ ਹਰ ਸਾਲ ਅਸੀਂ ਇਹ ਸਾਡੇ ਵੀਰ ਆਪਣਾ ਕੰਮ ਕਾਜ ਛੋੜ ਕੇ ਫ੍ਰੀ ਹੋ ਕੇ ਇਹ ਸਾਲ ਅਸੀਂ ਇਹ ਟਾਈਮ ਦਿੱਤੇ ਹੁੰਦਾ, ਇਸ ਟਾਈਮ ਤੇ ਅਸੀਂ ਕਮਲ ਦੀ ਸੇਵਾ ਤੇ ਆਉਣਾ ਹੀ ਹੁੰਦਾ। ਤੇ ਸਾਡੀ ਵੀ ਹੈ ਕਿ ਹੋਰ ਵੀਰ ਸਾਡੇ ਨਾਲ ਜੁੜਨ ਤੇ ਇਹ ਘੜੀਆਂ ਆਪਣੀਆਂ ਸੇਵਾ ਦੀਆਂ ਲਿਖੇ ਲਾਉਣ ਜੀ। ਧੰਨਵਾਦ ਵੀਰ ਜੀ।
एक साढ़े ना वीर जी आए थे कहने तू इन्हों का घर बेली चलाना एक कार बाजार का काम करते भी अपना काम काज बंद करके आए। वाहेगुरु जी का खालसा वाहेगुरु जी का खालसा वाहेगुरु जी की फतेह जी। जी वीर जी किन्ने दिन तो इत्थे हो कदों आए सी? हां जी कल आए हां असि 20 तारीख नु आए हां ते 25 तारीख नु असि इत्थों जाना है ते सारे ही वीर बहुत ही श्रद्धा नाल हर साल आंदे हन। हां जी जी वीर जी बहुत वधिया होरा भी नौजवानां नूं जिवें तुहाडे तुहानूं वेख के होर भी नौजवान तुहाडे नाल जुड़नगे ते बहुत सोहणा उपराला सेवा कर रहे हो नौजवानां नूं नाल जोड़ रहे हो ते असीं कोल हुंदे करन वाले करवाण वाले करांदे ठाकर भाई सिंह जी जी कोई भी अपनी सेहत जिन्ना है इत्थे ओह वी वीर आए जिन्ने बहुत बीमार हन लेकिन फिर भी कहिंदे बहुत उहनां नूं उत्साह है कि असीं जाणा ही जाणा है। सारी संगत नूं बेनती करांगी कि लगभग 100 तो उपर संगत सानूं देख रही है इन्हां वीरां दी सेवा नूं देख रही है शेयर करो तां जो पता लगे कि हमेशा कहा जांदा कि नौजवान अज दा ही नहीं करदा अज दे नौजवान नूं या पता नहीं चलदा या पता लग जावे कि नौजवान चाहुंदा है धार्मिक स्थान कोई भी होवे हर एक दी श्रद्धा हुंदी है हर एक धर्म दा सत्कार है जम्मू कश्मीर दे विच कीता जांदा है ए वेख के दिल बहुत खुश हुंदा है सेवा वीर हरसिमरन सिंह दे वीर जी धन्नवाद करदे आ बहुत वड्डी सेवा वीर जी इह जिहड़ी सारे संगत नूं लाइव विखा रहे ने कल वीर तां हो गया राजू नूं बोलोगे तुसीं कुछ राजू वीर जी जितेंद्र वीर जी आ गए नंबर शेयर कर सकते हैं जितेंद्र वीर अपना नंबर बोल दें जिन्हें जेडे वीर साडे नाल आना चाहते हैं अगली बार नंबर बोल सकते नंबर एक बार जितेंद्र जी अपना नंबर बोल सकते जेडे वीर अगले साल 7 9 6 7 2 2 4 0 2 बहुत वधिया बहुत सोहनी सेवा नौजवान कर रहे ने पूरी सफाई दे नाल कंबल धोते जा रहे ने ठंडे पानी दे विच पा के सर्फ ही पाई जा रही है पूरा गर्म पानी करके वीरे हर साल इसे महीने आंदे हुंदे हो? हांजी दीदी हर एक साल इसे महीने आंदे हुंदे हो? हां दीदी हर साल पिछले साल असि अक्टूबर दे महीने आए इस साल असि सितंबर दे महीने आए जी बहुत बहुत धन्यवाद है हरसिमरन वीरे तुहाडा ठीक है दीदी रमन दीदी धन्यवाद सब तो पहले सिख बाणी दा करदे आ जो हर टाइम साडे वास्ते 24 घंटे लाइव साडे नाल जुड़न वास्ते रहंदे ने असीं इहनां दा बहुत धन्यवाद करदे आ एक बाणी चैनल दा कोशिश करी दी है नौजवानां दी सेवा दिखाइए जरूर कोई पाखा साडे तो खुंझ ना जावे आपदे वल्लों पूरी कोशिश करी दी हुंदी है कि नौजवानां दी इहदे नाल हौसला अफजाई हुंदी है होर नौजवान वी जिहड़े जुड़दे ने नौजवानां दी सेवा दसना बहुत साडा जरूरी फर्ज बन जांदा क्योंकि हमेशा असि नौजवान कह के कि अज की पीढ़ी इं करती है या इदा नहीं करती तो अज की पीढ़ी नी आप अगां लैके आना इदा गुरु घर नाल जोड़ना बहुत बहुत धन्यवाद वीरे थोड़ा वाहेगुरु जी का खालसा वाहेगुरु जी की फतेह।